ਧੰਨ ਧੰਨ ਬਾਬਾ ਗਗੜਾ ਸ਼ਹੀਦ ਜੀ ਦੇ ਬਰਸੀ ਸਮਾਗਮ ਦੇ ਉਪਲਕਸ਼ ਵਿਚ ਵਿਸ਼ਾਲ ਸਭਿਆਚਾਰਕ ਮੇਲੇ ਦਾ ਆਯੋਜਨ ਤਰਨ ਤਾਰਨ ਦੇ ਪਿੰਡ ਗਗੜੇਵਾਲ ਜੋ ਕਿ ਬਿਆਸ ਦੇ ਕੰਢੇ ਸਥਿਤ ਹੈ ਵਿਖੇ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਉੱਘੇ ਗਾਇਕਾਂ ਅਮਰਦੀਪ ਕੌਰ ਰਮਨ, ਹਰਜੀਤ ਸਿੱਧੂ ਅਤੇ ਪ੍ਰਵੀਨ ਦਰਦੀ ਦੀ ਜੋੜੀ ਅਤੇ ਮੇਵਾ ਸਿੰਘ ਆਦਿ ਨੇ ਸਮਾਂ ਬੰਨਿਆ। ਲੱਗ ਪੀ ਸੁਣਾਉਣੀ ਪੰਜ ਪੰਜ ਕਿਲੋ ਇਹ ਮਰੂਦ ਲੈ ਕੇ ਆਉਣੀ, ਮਰੂਦ ਲੈ ਕੇ ਆਉਣੀ ਨੀ। ਆਪਣਾ ਹੀ ਖਾਂਦੇ ਨਾ ਲੱਗਦਾ ਤੇਰਾ, ਆਪਣਾ ਹੀ ਖਾਂਦੇ ਨਾ ਲੱਗਦਾ ਤੇਰਾ, ਆਪਣਾ ਹੀ ਖਾਂਦੇ ਨਾ ਲੱਗਦਾ ਤੇਰਾ। ਦੱਸ ਕਿੰਨੀ ਵਾਰ ਮੁੜ ਗਏ, ਕਿੰਨੀ ਵਾਰ ਮੁੜ ਗਏ, ਕਿੰਨੀ ਵਾਰ ਮੁੜ ਕੇ ਮੰਗਾਈ ਪਟਵਾਰ ਨੇ ਸਾਰੀਆਂ ਨੰਜਾ ਸਰਪੰਚ ਹਰਭਜਨ ਸਿੰਘ, ਪੰਚਾਇਤ ਮੈਂਬਰ ਗੁਰਿੰਦਰ ਵੀਰ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ, ਬੀਬੀ ਹਰਜੀਤ ਕੌਰ, ਬੀਬੀ ਬਲਵੀਰ ਕੌਰ, ਪਿੰਡ ਵਾਸੀਆਂ ਪ੍ਰਭਜੋਤ ਸਿੰਘ ਲੱਕੀ, ਸ਼ਮਸ਼ੇਰ ਸਿੰਘ, ਕਹਨ ਸਿੰਘ, ਸਰਵਜੀਤ ਸਿੰਘ ਗੋਗਾ, ਸੁਖਦੇਵ ਸਿੰਘ ਲੰਬੜਦਾਰ, ਅਮਨਦੀਪ ਸਿੰਘ ਲੰਬੜਦਾਰ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਦਲਵੀਰ ਸਿੰਘ ਆਦਿ ਦੀ ਮਿਹਨਤ ਦੇ ਸਦਕੇ ਸਭਿਆਚਾਰਕ ਮੇਲਾ ਨੇਪਰੇ ਚੜਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਬਾਬਾ ਬਕਾਲਾ ਸਾਹਿਬ ਦੇ MLA ਸੰਤੋਖ ਸਿੰਘ ਭਲਾਈਪੁਰ ਦਾ ਪ੍ਰਬੰਧਕਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਬਾਬਾ ਬਕਾਲਾ ਸਾਹਿਬ ਤੋਂ MLA ਸਰਦਾਰ ਸੰਤੋਖ ਸਿੰਘ ਭਲਾਈਪੁਰ ਜੀ, ਜਿਹੜੇ ਇੱਕ ਇਸ ਹਲਕੇ ਦੇ ਲੋਕਪ੍ਰਿਯ ਨੇਤਾ ਨੇ, ਗੱਲਬਾਤ ਕਰਾਂਗਾ ਉਹਨਾਂ ਨਾਲ। ਕੀ ਕਹਿਣਾ ਚਾਹੋਗੇ ਜੀ ਇਸ ਮੇਲੇ ਬਾਰੇ? ਬੜੇ ਲੰਮੇ ਸਮੇਂ ਤੋਂ ਬਾਬਾ ਗਗੜਾ ਸ਼ਹੀਦ ਜੀ ਦਾ ਇੱਥੇ ਸਥਾਨ ਆ। ਸਾਰੇ ਪਿੰਡ ਰਲ ਮਿਲ ਕੇ ਸਰਦਾਰ ਦਿਆਲ ਸਿੰਘ ਜੀ, ਸਵਰਗੀ ਗਗੜੇਵਾਲ ਤੋਂ 3 ਵਾਰੀ ਸਰਪੰਚ ਰਹੇ, ਬਲਾਕ ਸੰਮਤੀ ਮੈਂਬਰ ਰਹੇ, ਹੋਰ ਬੜੇ ਬੜੇ ਕਾਂਗਰਸ ਪਾਰਟੀ ਦੇ ਅਹੁਦਿਆਂ 'ਤੇ ਰਹੇ, ਇਸੇ ਤਰ੍ਹਾਂ ਉਹਨਾਂ ਦਾ ਲੜਕਾ ਐਰਕੀ ਸਰਪੰਚ ਬਣਿਆ ਸਰਦਾਰ ਹਰਭਜਨ ਸਿੰਘ ਜੀ, ਔਰ ਸਾਰੇ ਸਰਦਾਰ ਇੰਦਰਪਾਲ ਸਿੰਘ ਜੀ ਗਗੜੇਵਾਲ, ਬੜੇ ਇਹ ਵਧੀਆ ਸਾਰੇ ਰਲ ਮਿਲ ਕੇ ਜਿਹੜਾ ਵਾ ਮੇਲਾ ਕਰਾਉਂਦੇ ਆ। ਮੈਂ ਇਹ ਮੇਲੇ ਦੇ ਦਿਨ ਅੱਜ ਇਸ ਜੋ ਤਿਉਹਾਰ ਹੈ ਅਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਵਾਂ। ਇਹ ਸਨ ਸੰਤੋਖ ਸਿੰਘ ਭਲਾਈਪੁਰ MLA ਹਲਕਾ ਬਾਬਾ ਬਕਾਲਾ ਸਾਹਿਬ। ਸਰਕਲ ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ, ਸਰਪੰਚ ਵੀ ਇਸ ਮੌਕੇ ਤੇ ਹਾਜ਼ਰ ਸਨ। ਹਰਭਜਨ ਸਿੰਘ ਜੀ, ਗਗੜੇਵਾਲ ਦੇ ਜਿਹੜੇ ਸਰਪੰਚ ਨੇ ਸਾਡੇ ਨਾਲ ਨੇ, ਕੀ ਕਹਿਣਾ ਚਾਹੋਗੇ ਜੀ? ਅਸੀਂ ਜੀ ਇਹ ਮੇਲਾ ਜਿਹੜਾ 30 ਸਾਲ ਤੋਂ ਮਨਾ ਆ ਰਹੇ ਹਾਂ, ਹੁਣ ਜੀ ਇਹ ਮੇਲਾ ਬਹੁਤ ਹੀ ਵਧੀਆ ਢੰਗ ਦੇ ਨਾਲ ਮਨਾਇਆ। ਜਿਹੜਾ ਪਿੰਡ ਦੀ ਗ੍ਰਾਮ ਪੰਚਾਇਤ ਆ ਉਹ ਸਾਰੀ ਮੇਰਾ ਸਹਿਯੋਗ ਦਿੰਦੀ ਆ, ਜਿੰਨੇ ਪਿੰਡ ਵਾਲੇ ਬੰਦੇ ਆ, ਚੰਗੇ ਸਾਥੀ NRI ਬੰਦੇ, ਸਾਰੇ ਮੇਰਾ ਸਹਿਯੋਗ ਬਹੁਤ ਜ਼ਿਆਦਾ ਦਿੰਦੇ ਆ। ਹੁਣ ਇਹ ਜਗ੍ਹਾ ਜਿਹੜੀ ਆ ਇਹ ਬਹੁਤ ਹੀ ਪਵਿੱਤਰ ਆ, ਇਹਨੂੰ ਲੋਕ ਸਾਰਾ ਪਿੰਡ ਹੀ ਸਾਡਾ ਜਿਹੜਾ ਹੈ ਬਹੁਤ ਹੀ ਮੰਨਦਾ ਇਹਨੂੰ। ਇਹ ਜਗ੍ਹਾ ਬਾਬਾ ਜਿਹੜਾ ਬਾਬਾ ਗੜੇਸ਼ੀ ਦੇ ਨਾਂ ਦੇ ਕਰਕੇ ਵੱਜਦਾ ਹੈ। ਮੇਰੇ ਤੋਂ ਪਹਿਲਾਂ ਮੇਰੇ ਪਿਤਾ ਜੀ ਰਹੇ ਆ, ਉਹਨਾਂ ਨੇ 25 ਸਰਪੰਚੀ ਕੀਤੀ ਹੈ। ਉਹ ਤੋਂ ਬਾਅਦ ਹੁਣ ਮੈਨੂੰ ਪਿੰਡ ਨੇ ਸਹਿਯੋਗ ਦਿੱਤਾ, ਹੁਣ ਮੈਨੂੰ ਸਰਪੰਚ ਬਣਾਇਆ। ਹੁਣ ਮੈਂ ਆਪਣਾ ਜਿੰਨੀ ਵੀ ਡਿਵੈਲਪਮੈਂਟ ਵਾ ਇਹ ਮੈਂ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰਾਊਂਗਾ। ਕਿਹੜੇ ਜ਼ਿਆਦਾ ਜਿਹੜੇ ਕੰਮ ਹੈ ਇਸ ਲਈ ਹੋਣ ਵਾਲੇ ਤੁਹਾਡੇ ਪਿੰਡ ਦੇ? ਹੁਣ ਸਾਡਾ ਸਭ ਤੋਂ ਪਹਿਲਾਂ ਇੱਕ ਸਕੂਲ ਦੇ ਕੰਮ ਸਾਡੇ ਹੋਣ ਵਾਲੇ ਆ। ਇਹ ਕਈ ਹਸਪਤਾਲ ਲਿਆਉਣ ਨੂੰ ਫਿਰਦੇ ਹਾਂ, MLA ਸਾਹਿਬ ਨੂੰ ਆਖਿਆ ਅਸੀਂ ਪਹਿਲਾਂ ਹੁਣ ਇਹ ਇੱਕ ਪਾਰਕ ਬਣਾਉਣੀ ਆ, ਇੱਕ ਨਾਲ ਬਰਾਂਡਾ ਬਣਾਵਾਂਗੇ, ਨਾਲ ਜਿਹੜੀ ਸਾਡੀ ਸ਼ਮਸ਼ਾਨ ਘਾਟ ਆ ਇਹਦੇ ਬੰਨੇ ਬੰਨੇ ਸਾਰੇ ਬਰਾਂਡਾ ਪਾ ਕੇ ਵਿੱਚ ਇੱਟਾਂ ਲੋਕ ਲਵਾ ਕੇ ਇਹਨੂੰ ਵਧੀਆ ਤੋਂ ਵਧੀਆ ਅਸੀਂ ਕਰਾਂਗੇ। ਇਹ ਕਈ ਸੜਕਾਂ ਗਲੀਆਂ ਨਾਲੀਆਂ ਇਹ ਵੀ ਵੱਧ ਤੋਂ ਵੱਧ ਅਸੀਂ ਆਪਣਾ ਵਿਕਾਸ ਜਿੰਨਾ ਵੀ ਹੋ ਸਕੂਗਾ ਵੱਧ ਤੋਂ ਵੱਧ ਅਸੀਂ ਕਰਾਂਗੇ। ਜਿੰਨੀ ਕਮੇਟੀ ਨਸ਼ਿਆਂ ਤੋਂ ਵੀ ਹਰ ਬੱਚੇ ਨੂੰ ਅਸੀਂ ਇਹ ਕਹਿਣ ਡੇ ਹਾਂ ਵੀ ਨਸ਼ੇ ਵਗੈਰੇ ਉੱਠ ਕੇ ਤੁਸੀਂ ਆਪਣੇ ਕੋਈ ਹੋਰ ਕੰਮ ਕਾਰ, ਬੱਚੇ ਅੱਛੇ ਕੰਮਾਂ ਨੂੰ ਲੱਗਣ। ਪ੍ਰਭਜੋਤ ਸਿੰਘ ਜੀ, ਇਹ ਵੀ ਪਿੰਡ ਗਗੜੇਵਾਲ ਤੋਂ ਨੇ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ, ਕੀ ਕਹਿਣਾ ਚਾਹੋਗੇ? ਅਸੀਂ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਪ੍ਰੇਰਿਤ ਕਰਾਂਗੇ ਵੀ ਇਹ ਚੀਜ਼ ਤੋਂ ਕੋਰਟ ਤੋਂ ਬਾਹਰ ਨਿਕਲੋ, ਤੇ ਬਾਕੀ ਸਾਡਾ ਸਰਪੰਚ ਸਾਹਿਬ ਯੂਥ ਜਿਹੜਾ ਪੂਰਾ ਸਰਪੰਚ ਸਾਹਿਬ ਦੇ ਨਾਲ ਖੜਾ ਵਾ, ਤੇ ਜਿੰਨਾ ਵੀ ਸਾਡੇ ਵੱਲੋਂ ਹੋ ਸਕਿਆ ਇਹ ਸਹਿਯੋਗ ਪੂਰਾ ਪਿੰਡ ਟੀਮ ਵੱਲੋਂ ਬਣਾ ਕੇ ਦਵਾਂਗੇ।
ਮੈਂ ਪ੍ਰਵੀਨ ਸ਼ਰਮਾ, ਪ੍ਰੋਗਰਾਮ ਪ੍ਰੋਡਿਊਸਰ ਨਵੀਂ ਰਾਹ ਡੀ ਡੀ ਪੰਜਾਬੀ ਦੂਰਦਰਸ਼ਨ ਦੇ ਲਈ ਇਹਨਾਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਧੰਨਵਾਦ ਕਰਦਾ।